ਤੁਸੀਂ ਵੀਡੀਓ ਫੁਟੇਜ ਦੇ ਵਿੱਚ ਦੇਖ ਰਹੇ ਹੋ ਕਿ ਦੇਖੋ ਪਾਣੀ ਹੈ ਜਿਹੜਾ ਉਹ ਲਗਾਤਾਰ ਅਗਲੇ ਪਿੰਡ ਨੂੰ ਜਿਹੜਾ ਅਗਲੇ ਪਿੰਡ ਦੇ ਖੇਤਾਂ ਨੂੰ ਉਹ ਜਾ ਰਿਹਾ ਸੋ ਜਿਹੜੇ ਨਾਲ ਦੇ ਲੱਗਦੇ ਪਿੰਡ ਨੇ ਉਹਨਾਂ ਨੂੰ ਸਾਵਧਾਨ ਰਹਿਣ ਦੀ ਲੋੜ ਹੈ ਆਪਣੀਆਂ ਖਾਣ ਪੀਣ ਦੀਆਂ ਚੀਜ਼ਾਂ ਸਪੈਸ਼ਲ ਜਿਹੜਾ ਪਾਣੀ ਹੈ ਪੀਣ ਵਾਲਾ ਉਹ ਨਾਲ ਆਪਦੇ ਕੈਰੀ ਰੱਖੋ ਆ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਦਾ ਵਹਾਅ ਹੈ ਜਿਹੜਾ ਉਹ ਬੜੀ ਤੇਜ਼ੀ ਦੇ ਨਾਲ ਜਿਹੜਾ ਉਹ ਦੂਜੇ ਪਿੰਡਾਂ ਦੇ ਵਿੱਚ ਜਾ ਰਿਹਾ ਇਸ ਟਾਈਮ ਅਸੀਂ ਤੁਹਾਨੂੰ ਮੌਕੇ ਦੀ ਜਮਾਂ ਤਾਜ਼ਾ ਅਪਡੇਟ ਦੇ ਰਹੇ ਹਾਂ ਇਸ ਤਰ੍ਹਾਂ ਹੀ ਸਾਡੇ ਚੈਨਲ ਦੇ ਨਾਲ ਜੁੜੇ ਰਹੋ ਆਪਾਂ ਅੱਗੇ ਜਾ ਕੇ ਵੀ ਤੁਹਾਨੂੰ ਸਾਰੀ ਹੈ ਜਿਹੜੀ ਉਹ ਕਵਰੇਜ ਕਰਕੇ ਤੁਹਾਡੇ ਤੱਕ ਪਹੁੰਚਾਉਣੇ ਆ ਬਿਨਾਂ ਗੱਲੋਂ ਬਿਨਾਂ ਜਿਹੜੀਆਂ ਅਫਵਾਹਾਂ ਦੇ ਵਿੱਚ ਝੂਠੀਆਂ ਅਫਵਾਹਾਂ ਦੇ ਵਿੱਚ ਨਾ ਆਓ ਬਿਲਕੁਲ ਅਸੀਂ ਤੁਹਾਨੂੰ ਇਹ ਜਿਹੜਾ ਜਿੰਨਾ ਹੋ ਸਕਿਆ ਸੱਚ ਹੀ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਆ ਤੁਸੀਂ ਦੇਖ ਹੀ ਸਕਦੇ ਹੋ ਵੀਡੀਓ ਦੇ ਵਿੱਚ ਕਿ ਕਿਵੇਂ ਹੈ ਜਿਹੜਾ ਪਾਣੀ ਇੱਕ ਖੇਤ ਤੋਂ ਦੂਜੇ ਖੇਤ ਦੇ ਵਿੱਚ ਇਸ ਟਾਈਮ ਐਂਟਰ ਹੋ ਰਿਹਾ ਹੈ ਅਤੇ ਦੂਜੇ ਪਿੰਡਾਂ ਵੱਲ ਨੂੰ ਜਾ ਰਿਹਾ ਇਸ ਟਾਈਮ ਤੁਸੀਂ ਦੇਖ ਰਹੇ ਹੋ ਜੀ ਲਖਮੀਰੀਆ ਆਫੀਸ਼ੀਅਲ ਯੂਟਿਊਬ ਚੈਨਲ ਅਤੇ ਇਸ ਟਾਈਮ ਜਿਹੜਾ ਮੈਂ ਖੜ੍ਹਾ ਉਹ ਬੀਰੇ ਵਾਲੇ ਦੇ ਖੇਤਾਂ ਦੇ ਵਿੱਚ ਖੜ੍ਹਾ ਅਤੇ ਤੁਸੀਂ ਮੇਰੀ ਆਹ ਜਿਹੜੀ ਬੈਕ ਸ਼ੈਡ ਹੈ ਉਹ ਸਾਰਾ ਦੇਖ ਸਕਦੇ ਹੋ ਕਿ ਜਿਹੜੇ ਬੀਰੇ ਵਾਲੇ ਦੇ ਪਿੰਡ ਨੇ ਇਸ ਟਾਈਮ ਬੀਰੇ ਵਾਲਾ ਜਿਹੜਾ ਪਿੰਡ ਹੈ ਉਹ ਪੂਰੀ ਤਰ੍ਹਾਂ ਡੁੱਬ ਚੁੱਕਿਆ ਹੈ ਪਰ ਹਜੇ ਵੀ ਜਿਹੜੇ ਲੋਕ ਨੇ ਬੀਰੇ ਵਾਲੇ ਦੇ ਜਿਨ੍ਹਾਂ ਦੇ ਘਰ ਉੱਚੇ ਨੇ ਉਹ ਹਜੇ ਕਹਿੰਦੇ ਵੀਰਾਂ ਦੇ ਦੱਸਣ ਮੁਤਾਬਕ ਮੇਰੀ ਹੁਣ ਗੱਲ ਹੋਈ ਸੀ ਕਹਿੰਦੇ ਉਹ ਹਜੇ ਵੀ ਪਿੰਡ ਦੇ ਵਿੱਚ ਨੇ ਪਰ ਜਿਹੜਾ ਇੱਥੋਂ ਡੰਗਰ ਪਸ਼ੂ ਹੈ ਸਾਰਾ ਉਹ ਪਹਿਲਾਂ ਹੀ ਕੱਢ ਲਿਆ ਗਿਆ ਅਤੇ ਤੁਸੀਂ ਸਾਰੇ ਦੇਖ ਸਕਦੇ ਹੋ ਅਤੇ ਹੁਣ ਅਸੀਂ ਉੱਧਰੋਂ ਆਏ ਸੀ ਰਿਉਂਦ ਵਾਲੀ ਸ਼ੈਡ ਜਿਹੜਾ ਇਹ ਪਾਣੀ ਹੈ ਇੱਧਰੋਂ ਹੁੰਦਾ ਹੋਇਆ ਰਿਉਂਦ ਵਾਲੀ ਸ਼ੈਡ ਨੂੰ ਜਾ ਰਿਹਾ ਹੈ ਅਤੇ ਆਪਾਂ ਵੀਰਾਂ ਨਾਲ ਵੀ ਗੱਲਬਾਤ ਕਰਦੇ ਹਾਂ ਕਿ ਕਿੰਨਾ ਕੁ ਸਿਰ ਹੋਇਆ ਜਿਹੜਾ ਪਾਣੀ ਹੈ ਕਿੰਨੇ ਕੁ ਟਾਈਮ ਦੇ ਵਿੱਚ ਕਿੰਨਾ ਚੜ੍ਹ ਗਿਆ ਸੋ ਜਿਹੜੇ ਹੁਣ ਅਸੀਂ ਜਿਵੇਂ ਆਏ ਸੀ ਇੱਥੋਂ ਦੇ ਜਿਹੜੇ ਲੋਕ ਨੇ ਜਿਵੇਂ ਹੁਣ ਮੇਰਾ ਜਿਹੜਾ ਏਰੀਆ ਉਹ ਝਨੀਰ ਹੈ ਉੱਥੋਂ ਦੇ ਲੋਕਾਂ ਨੂੰ ਘੱਟ ਡਰੇ ਹੋਏ ਨੇ ਜਿਹੜਾ ਹੁਣ ਝਨੀਰ ਵਾਲਾ ਏਰੀਆ ਆ ਗਿਆ ਜਿਹੜੀਆਂ ਸੋਸ਼ਲ ਮੀਡੀਆ 'ਤੇ ਇੰਨੀਆਂ ਅਫਵਾਹਾਂ ਦੇ ਕਾਰਨ ਉਹ ਇੱਥੋਂ ਦੇ ਲੋਕਾਂ ਨੂੰ ਵੱਧ ਡਰੇ ਹੋਏ ਆ ਸੋ ਅਸੀਂ ਇਸ ਕਰਕੇ ਇੱਥੇ ਆਏ ਸੀ ਕਿ ਜਿਹੜਾ ਹੈ ਅਫਵਾਹਾਂ ਤੋਂ ਬਚਿਆ ਜਾਵੇ ਜਿੰਨਾ ਹੋ ਸਕਦਾ ਅਸੀਂ ਤੁਹਾਨੂੰ ਜਿਹੜਾ ਸੱਚ ਹੈ ਉਹ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਇੱਥੇ ਮੇਰੇ ਨਾਲ ਮੈਂ ਕਹੂੰਗਾ ਬਾਈ ਨੂੰ ਕੈਮਰੇ ਵਾਲੇ ਨੂੰ ਦਿਖਾ ਦੇਣਾ ਉੱਧਰ JCB ਹੈ ਜਿਹੜੀ ਉਹ ਪਾਣੀ ਉੱਧਰ ਕ੍ਰੋਸ ਹੋ ਜੇ ਤਾਂ ਕਰਕੇ ਉੱਧਰੋਂ ਜਿਹੜਾ ਹੈ ਇਹ ਸੂਹੇ ਨਾਲ ਉਹਨੂੰ ਪੱਟ ਰਹੀ ਹੈ ਕਿ ਪਾਣੀ ਉੱਧਰ ਕ੍ਰੋਸ ਹੋ ਜੇ ਤਾਂ ਕਿ ਜਿਹੜਾ ਥੋੜ੍ਹੀ ਮੋਟੀ ਬਚਤ ਹੈ ਉਹ ਰਹਿ ਸਕੇ ਸੋ ਮੈਂ ਤੁਹਾਨੂੰ ਫਿਰ ਦੱਸਦਾ ਇਸ ਟਾਈਮ ਆਪਾਂ ਜਿਹੜਾ ਹੈ ਬੀਰੇ ਵਾਲੇ ਦੇ ਖੇਤਾਂ ਦੇ ਵਿੱਚ ਖੜ੍ਹੇ ਹਾਂ ਅਤੇ ਬੀਰੇ ਵਾਲਾ ਪਿੰਡ ਜਿਹੜਾ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਉਹ ਸਾਰਾ ਹੀ ਹੈ ਜਿਹੜਾ ਉੱਚੇ ਘਰਾਂ ਨੂੰ ਛੱਡ ਕੇ ਉੱਥੇ ਜਿਹੜੇ ਸਾਰੇ ਘਰਾਂ ਦੇ ਵਿੱਚ ਪਾਣੀ ਹੈ ਬਾਈਆਂ ਦੇ ਦੱਸਣ ਮੁਤਾਬਕ ਤਾਂ ਆਪਾਂ ਦੇਖ ਵੀ ਸਕਦੇ ਹਾਂ ਜਿਹੜਾ ਪਾਣੀ ਆ ਉੱਥੋਂ ਸਾਰੇ ਘਰਾਂ ਦੇ ਵਿੱਚ ਜਾ ਚੁੱਕਿਆ ਹੈ ਇਸ ਟਾਈਮ ਤੁਸੀਂ ਕੈਮਰੇ ਦੇ ਰਾਹੀਂ ਜਿਹੜਾ ਉਹ ਦੇਖ ਹੀ ਸਕਦੇ ਹੋ ਕਿ ਇੱਧਰ ਜਿਹੜਾ ਪਿੰਡ ਹੈ ਉਹ ਬੀਰੇ ਵਾਲਾ ਹੈ ਜਿਹੜਾ ਕਿ ਇਸ ਟਾਈਮ ਪਾਣੀ ਨੇ ਆਪਣੀ ਲਪੇਟ ਦੇ ਵਿੱਚ ਉਹ ਪੂਰੀ ਤਰ੍ਹਾਂ ਲੈ ਲਿਆ ਅਤੇ ਇੱਥੋਂ ਮੈਂ ਤੁਹਾਨੂੰ ਜ਼ੂਮ ਕਰਕੇ ਦਿਖਾਉਣ ਦੀ ਕੋਸ਼ਿਸ਼ ਕਰਦਾ ਕਿ ਜੇ ਤੁਹਾਨੂੰ ਪਿੰਡ ਬੀਰੇ ਵਾਲੇ ਦੇ ਹੈ ਜਿਹੜੇ ਉਹ ਘਰ ਦਿਖਦੇ ਨੇ ਇੱਥੇ ਉਹ ਸਾਹਮਣੇ ਜਿਹੜਾ ਪਾਣੀ ਵਾਲੀ ਟੈਂਕੀ ਵਾਟਰ ਵਰਕਸ ਹੈ ਜੇ ਤੁਹਾਨੂੰ ਇੱਥੇ ਕਲੀਅਰ ਹੋ ਰਿਹਾ ਤਾਂ ਤੁਸੀਂ ਦੇਖ ਸਕਦੇ ਹੋ ਸੋ ਪਾਣੀ ਹੈ ਜਿਹੜਾ ਲਗਾਤਾਰ ਪੰਜਾਬ ਦੇ ਪਿੰਡਾਂ ਵੱਲ ਬਹੁਤ ਤੇਜ਼ੀ ਦੇ ਨਾਲ ਵੱਧ ਰਿਹਾ ਹੈ ਇੱਧਰ ਆਪਾਂ ਦੇਖਦੇ ਹਾਂ ਅਤੇ JCB ਨਾਲ ਬਾਈ ਜਿਹੜਾ ਪਾਣੀ ਉਹ ਅੱਗੇ ਕ੍ਰੋਸ ਹੋ ਸਕੇ ਤਾਂ ਕਰਕੇ ਇੱਥੋਂ ਜਿਹੜੀ ਆ ਪਟੜੀ ਹੈ ਇਹਨੂੰ ਪੱਟ ਰਹੇ ਹਾਂ ਅਤੇ ਆਪਾਂ ਅੱਗੇ ਜਾ ਕੇ ਦੇਖਦੇ ਹਾਂ ਪਾਣੀ ਦਾ ਵਹਾਅ ਜਿਹੜਾ ਇੱਥੋਂ ਵੀ ਤੁਸੀਂ ਮੈਂ ਲੱਗਦਾ ਦੇਖ ਸਕਦੇ ਹੋ ਕਿ ਬਹੁਤ ਤੇਜ਼ ਆ ਅੱਗੇ ਜਾ ਕੇ ਆਪਾਂ ਤੁਹਾਨੂੰ ਸਾਰੀ ਹੈ ਜਿਹੜੀ ਅਪਡੇਟ ਦਿੰਦੇ ਆ ਹਾਂਜੀ ਦੋਸਤੋ ਜਿਵੇਂ ਹੁਣ ਤੁਸੀਂ ਦੇਖ ਸਕਦੇ ਹੋ ਕਿ ਆਪਾਂ ਜਿਹੜਾ ਵੱਡੀ ਰਿਉਂਦ ਅਤੇ ਜਿਹੜਾ ਪਿੰਡ ਬੀਰੇ ਵਾਲਾ ਉਹਦੀ ਹੱਦ ਤੇ ਖੜੇ ਆ ਅਤੇ ਮੈਂ ਕਹੂੰਗਾ ਬਾਈ ਨੂੰ ਕੈਮਰੇ ਵਾਲੇ ਨੂੰ ਕਿ ਦਿਖਾ ਦਿੱਤਾ ਜਾਵੇ ਜਿਹੜਾ ਬੀਰੇ ਵਾਲੇ ਤੋਂ ਆ ਉਹ ਪਾਣੀ ਦਾ ਬੰਨ ਆ ਜਿਹੜਾ ਉਹ ਤੋੜ ਦਿੱਤਾ ਗਿਆ ਤਾਂ ਕਿ ਜਿਹੜਾ ਪਾਣੀ ਹੈ ਉਹ ਅੱਗੇ ਖਿੜ ਸਕੇ ਜੋ ਪਿੱਛੇ ਜਿਹੜਾ ਬਹੁਤ ਜ਼ਿਆਦਾ ਨੁਕਸਾਨ ਨਾ ਹੋਵੇ ਸੋ ਪਾਣੀ ਹੈ ਜਿਹੜਾ ਇਸ ਟਾਈਮ ਛੋਟੀ ਰਿਉਂਦ ਨੂੰ ਤੁਸੀਂ ਦੇਖ ਸਕਦੇ ਹੋ ਕਿੰਨੀ ਸਪੀਡ ਦੇ ਨਾਲ ਜਾ ਰਿਹਾ ਸੋ ਮੇਰੀ ਜਿਹੜੇ ਨਾਲ ਲੱਗਦੇ ਪਿੰਡ ਨੇ ਉਹਨਾਂ ਨੂੰ ਇਹੀ ਬੇਨਤੀ ਹੈ ਕਿ ਪਾਣੀ ਦੀ ਸਪੀਡ ਤੁਸੀਂ ਚੈੱਕ ਕਰ ਸਕਦੇ ਹੋ ਮੈਂ ਤੁਹਾਨੂੰ ਇੱਥੇ ਕੋਈ ਡਰਾਉਣ ਨਹੀਂ ਆਇਆ ਸਿਰਫ ਸੱਚਾਈ ਦਿਖਾਉਣ ਆਇਆ ਜਿਹੜਾ ਹੈ ਆਪਣਾ ਮਾਲ ਪਸ਼ੂ ਆਪਣੇ ਖਾਣ ਪੀਣ ਦੀਆਂ ਚੀਜ਼ਾਂ ਉਹ ਸਾਫ਼ ਕੇ ਰੱਖੋ ਹਾਂਜੀ ਜਿਵੇਂ ਤੁਸੀਂ ਹੁਣੇ ਹੁਣੇ ਦੇਖਿਆ ਕਿ ਜਿਹੜਾ ਹੈ ਉਹ ਹੈ ਸੂਹਾ ਤੋੜ ਕੇ ਪਾਣੀ ਹੈ ਜਿਹੜਾ ਦੂਜੇ ਪਾਸੇ ਕੱਢਿਆ ਗਿਆ ਅਤੇ ਇੱਧਰ ਉਹ ਜਿਹੜਾ ਹੈ ਘੱਟ ਪੈ ਰਿਹਾ ਸੀ ਥਾਂ ਤਾਂ ਦੂਜੇ ਪਾਸਿਓਂ ਆ ਜਿਹੜਾ ਇੱਕ ਪਾਸਿਓਂ ਹੋਰ ਉਹ ਪਾਣੀ ਦਾ ਜਿਹੜਾ ਹੈ ਨੱਕਾ ਖੋਲ੍ਹਿਆ ਜਾ ਰਿਹਾ ਤਾਂ ਕਿ ਜਿਹੜਾ ਪਾਣੀ ਹੈ ਪਿੰਡਾਂ ਦੇ ਵਿੱਚ ਖਿੜ ਸਕੇ ਜਿਹੜਾ ਨੁਕਸਾਨ ਹੈ ਉਹ ਘੱਟ ਤੋਂ ਘੱਟ ਹੋ ਸਕੇ ਹੁਣ ਤੁਸੀਂ ਬਿਲਕੁਲ ਮੌਕੇ ਦੀਆਂ ਤਸਵੀਰਾਂ ਦੇਖ ਰਹੇ ਹੋ ਅਤੇ ਮੈਂ ਇਸ ਟਾਈਮ ਪਿੰਡ ਬੀਰੇ ਵਾਲੇ ਖੜ੍ਹਾ ਇੱਧਰ ਪਾਣੀ ਹੈ ਜਿਹੜਾ ਛੋਟੀ ਰਿਉਂਦ ਨੂੰ ਵੱਡੀ ਰਿਉਂਦ ਨੂੰ ਕ੍ਰੋਸ ਕਰਦਾ ਲਗਾਤਾਰ ਅੱਗੇ ਵੱਧ ਰਿਹਾ ਸੋ ਮੇਰੀ ਇਹੀ ਬੇਨਤੀ ਹੈ ਜਿਹੜੇ ਵੀ ਨਾਲ ਲੱਗਦੇ ਪਿੰਡ ਨੇ ਉਹ ਆਪਣਾ ਸੁਰੱਖਿਅਤ ਥਾਵਾਂ 'ਤੇ ਉੱਚੀਆਂ ਥਾਵਾਂ 'ਤੇ ਜਾਓ ਅਤੇ ਨਾਲ ਜਿਹੜਾ ਪੀਣ ਵਾਲਾ ਪਾਣੀ ਆ ਉਹ ਜ਼ਰੂਰ ਲੈ ਕੇ ਜਾਓ ਕਿਉਂਕਿ ਖਾਣ ਪੀਣ ਦੀਆਂ ਚੀਜ਼ਾਂ ਜਿਹੜੀਆਂ ਉਹ ਮੁਹੱਈਆ ਕਰਵਾਈਆਂ ਜਾ ਸਕਦੀਆਂ ਪਰ ਜਿਹੜੀ ਗੱਲ ਇਸ ਟਾਈਮ ਪਾਣੀ ਦੀ ਵੱਡੀ ਸਮੱਸਿਆ ਜਿਹੜੀ ਹੈ ਉਹ ਆ ਰਹੀ ਹੈ ਪੀਣ ਵਾਲਾ ਪਾਣੀ ਹੈ ਜਿਹੜਾ ਬਹੁਤ ਦਿੱਕਤ ਬਹੁਤ ਕਿੱਲਤ ਕਰ ਰਿਹਾ
ਹਾਂਜੀ ਇੱਕ ਵਾਰ ਮੈਂ ਤੁਹਾਨੂੰ ਫੇਰ ਦੱਸਦਾ ਜਿਹੜਾ ਇਸ ਟਾਈਮ ਆ ਮੈਂ ਪਿੰਡ ਵੀਰੇ ਵਾਲੇ ਦੇ ਵਿੱਚ ਸਥਿਤ ਹਾਂ ਜਿੱਥੋਂ ਦੀ ਤੁਸੀਂ ਲਾਈਵ ਸਾਰੀ ਅਪਡੇਟ ਆਪਾਂ ਦੇਖ ਰਹੇ ਹੋ ਇੱਧਰ ਤੁਸੀਂ ਹੁਣ ਜਿਵੇਂ ਦੇਖ ਰਹੇ ਹੋ ਕਿ ਜਿਹੜਾ ਪਾਣੀ ਦਾ ਪੱਧਰ ਹੈ ਉਹ ਲਗਭਗ 5-5.5 ਫੁੱਟ ਜਿਹੜਾ ਹੈ ਉਹ ਪਾਣੀ ਇੱਥੇ ਭਰ ਚੁੱਕਿਆ ਉਹ ਇਸ ਟਾਈਮ ਜਿਹੜੇ ਅਸੀਂ ਹੈਗੇ ਹਾਂ ਇੱਥੇ ਛੋਟਾ ਜਿਹਾ ਸੂਹ ਹੈ ਉਹਨੇ ਇਹ ਪਾਣੀ ਸਾਰਾ ਰੋਕਿਆ ਹੋਇਆ ਹੈ ਇਸ ਟਾਈਮ ਤੁਸੀਂ ਲਾਈਵ ਤਸਵੀਰਾਂ ਦੇਖ ਸਕਦੇ ਹੋ ਸੋ ਪੰਜਾਬ ਹੈ ਜਿਹੜਾ ਲਗਭਗ 90 ਤੋਂ ਜ਼ਿਆਦਾ ਪਾਣੀ ਦੇ ਵਿੱਚ ਇਸ ਟਾਈਮ ਡੁੱਬ ਚੁੱਕਿਆ ਇੱਧਰ ਤੁਸੀਂ ਦੇਖ ਸਕਦੇ ਹੋ ਕਿ ਪਿੰਡਾਂ ਦੇ ਪਿੰਡ ਹੈ ਜਿਹੜੇ ਉਹ ਡੁੱਬ ਚੁੱਕੇ ਨੇ ਪਿੰਡਾਂ ਦਾ ਕੋਈ ਨਾਮੋ ਨਿਸ਼ਾਨ ਨਹੀਂ ਹੈ ਸੋ ਜਿਹੜਾ ਇਸ ਟਾਈਮ ਉਹ ਲੋਕਾਂ ਨੂੰ ਇਕੱਠੇ ਹੋ ਕੇ ਮਿਲ ਕੇ ਕੰਮ ਕਰਨ ਦੀ ਜ਼ਰੂਰਤ ਹੈ ਜਦੋਂ ਅਸੀਂ ਆਏ ਸਾਨੂੰ ਇਹ ਮਹਿਸੂਸ ਹੋਇਆ ਜਿਹੜੇ ਸਿਆਣੇ ਬੰਦੇ ਨੇ ਉਹ ਵੀ ਕਹਿ ਰਹੇ ਨੇ ਕਿ ਤੁਸੀਂ ਆਹ ਸਾਹਮਣੇ ਦੇਖ ਸਕਦੇ ਹੋ ਕਿਵੇਂ ਮੋਟਰਸਾਈਕਲਾਂ ਤੇ ਜਿਹੜੇ ਨੌਜਵਾਨ ਆ ਰਹੇ ਨੇ ਪਰ ਉਹ ਇੱਥੇ ਕੰਮ ਕੋਈ ਨਹੀਂ ਕਰਾ ਰਹੇ ਆ ਕੇ ਵੀਡੀਓ ਬਣਾ ਕੇ ਫੋਟੋਆਂ ਖਿੱਚ ਕੇ ਸੈਲਫੀਆਂ ਲੈ ਕੇ ਵਾਪਸ ਜਾ ਰਹੇ ਨੇ ਸੋ ਆਪਣਾ ਇੱਥੇ ਫਰਜ਼ ਬਣਦਾ ਕਿ ਆਪਾਂ ਜਿੰਨਾ ਕੁ ਹੋ ਸਕੇ ਜਿੰਨੀ ਕੁ ਆਪਣੀ ਸਮਰੱਥਾ ਹੈ ਉਸ ਹਿਸਾਬ ਨਾਲ ਇੱਥੇ ਕੰਮ ਕਰਾਈਏ ਤੇ ਨਾਲ ਹੀ ਮੈਨੂੰ ਹੁਣ ਇਹ ਜਾਣਕਾਰੀ ਮਿਲੀ ਹੈ ਕਿ ਜਿਹੜਾ ਪਾਣੀ ਹੈ ਇੱਥੇ ਸਵੇਰ ਜਿਹੜਾ 5 ਵਜੇ ਹੈ ਇੱਥੇ ਕੁਛ ਨਹੀਂ ਸੀ ਤੇ ਇਸ ਟਾਈਮ ਜਿਹੜਾ ਹੁਣ ਹੈ ਲਗਭਗ 2:30 ਦੇ ਕਰੀਬ ਸਮਾਂ ਹੋ ਚੁੱਕਿਆ ਤੇ ਤੁਸੀਂ ਦੇਖ ਸਕਦੇ ਹੋ ਕਿ 5 ਵਜੇ ਇੱਥੇ ਲੋਕਾਂ ਦੇ ਪਿੰਡ ਵਾਲਿਆਂ ਦੇ ਕਹਿਣ ਮੁਤਾਬਕ ਕੁਛ ਨਹੀਂ ਸੀ ਤੇ ਹੁਣ ਜਿਹੜਾ ਹੈ 2:30 ਵੱਜ ਚੁੱਕੇ ਨੇ ਇੰਨੇ ਚਿਰ ਦੇ ਵਿੱਚ ਆ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਪਾਣੀ ਹੈ ਜਿਹੜਾ ਉਹ ਇੱਥੇ ਭਰ ਚੁੱਕਿਆ ਸੋ ਹੁਣੇ ਹੁਣੇ ਸਾਨੂੰ ਇਹ ਵੀ ਪਤਾ ਲੱਗਿਆ ਕਿ ਜਿਹੜਾ ਇਹ ਪਾਣੀ ਹੈ ਇੱਧਰੋਂ ਜਿਹੜੇ ਸੂਆ ਪੱਟ ਕੇ ਉਹ ਡੇਗਿਆ ਜਾ ਰਿਹਾ ਇੱਧਰ ਇੱਕ ਸੇਮ ਨਾਲ ਹੈ ਉਹਦੇ ਵਿੱਚ ਡੇਗਿਆ ਜਾ ਰਿਹਾ ਤਾਂ ਕਿ ਇਹ ਜਿਹੜੀ ਲੋਕਾਂ ਦੀ ਉਹ ਬਚਤ ਹੋ ਸਕੇ ਇਹ ਜਿਹੜਾ ਪਾਣੀ ਹੈ ਇਸ ਟਾਈਮ ਸੇਮ ਨਾਲੇ ਦੇ ਵਿੱਚ ਡੇਗਿਆ ਜਾ ਰਿਹਾ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਮੈਂ ਹਾਂ ਸੰਦੀਪ ਸਿੰਘ ਤੁਸੀਂ ਦੇਖ ਰਹੇ ਹੋ ਲਖਮੀਰੀਆ ਆਫੀਸ਼ੀਅਲ ਯੂਟਿਊਬ ਚੈਨਲ ਜਿੱਥੇ ਕਿ ਤੁਹਾਨੂੰ ਬਿਲਕੁਲ ਸੱਚੀ ਜਿਹੜੀ ਹੈ ਇਸ ਟਾਈਮ ਐਟ ਏ ਟਾਈਮ ਜਿਹੜੀ ਹੈ ਸਥਿਤੀ ਹੈ ਉਹ ਬਿਲਕੁਲ ਇੱਦਾਂ ਦਿਖਾਈ ਜਾ ਰਹੀ ਹੈ ਸੋ ਮੈਂ ਇੱਥੋਂ ਦੇ ਜਿਹੜੇ ਨੌਜਵਾਨ ਨੇ ਉਹਨਾਂ ਨਾਲ ਵੀ ਗੱਲ ਕਰਨੀ ਚਾਹੀ ਸੀ ਜਿਹੜੇ ਨੌਜਵਾਨ ਨੇ ਉਹ ਮੀਡੀਆ ਨੇ ਇੰਨੇ ਕੁ ਮੰਨ ਲਓ ਕਿ ਪਰੇਸ਼ਾਨ ਕੀਤੇ ਪਏ ਨੇ ਕੋਈ ਵੀ ਹੈ ਜਿਹੜਾ ਉਹ ਗੱਲ ਕਰਨ ਨੂੰ ਤਿਆਰ ਨਹੀਂ ਖਾਸ ਕਰਕੇ ਮੋਫਰ ਕੋਰ ਵਾਲਾ ਝਨੀਰ ਇੱਧਰ ਅਤੇ ਭੰਮੇ ਖੁਰਦ ਜਿਹੜੀ ਹੈ ਅਫਵਾਹ ਉਹ ਥੋੜ੍ਹੀ ਜਿਹੀ ਜ਼ਿਆਦਾ ਫੈਲਾਈ ਜਾ ਰਹੀ ਹੈ ਇਸ ਟਾਈਮ ਹੈ ਜਿਹੜਾ ਮੈਂ ਝਨੀਰ ਤੋਂ ਲਗਭਗ 60-65 ਕਿਲੋਮੀਟਰ ਦੀ ਦੂਰੀ 'ਤੇ ਖੜ੍ਹਾ ਅਤੇ ਪਾਣੀ ਹੁਣ ਇੱਥੇ ਆਇਆ ਸੋ 3-4 ਦਿਨਾਂ ਦੇ ਵਿੱਚ ਪਾਣੀ ਉੱਥੇ ਜ਼ਰੂਰ ਪਹੁੰਚੂਗਾ ਸੋ ਉਸ ਤੋਂ ਪਹਿਲਾਂ ਜਿਹੜਾ ਆਪਣਾ ਬੰਦੋਬਸਤ ਜਿਹੜਾ ਉਹ ਲੋਕ ਵੀ ਕਰ ਲੈਣ ਦੇਖੋ ਇਹ ਗੱਲ ਡਰਾਉਣ ਵਾਸਤੇ ਨਹੀਂ ਇਹ ਤਾਂ ਹੀ ਦੱਸ ਰਹੇ ਹਾਂ ਕਿ ਜਿਹੜਾ ਹੈ ਆਪਦਾ ਜਾਨੀ ਮਾਲੀ ਹੈ ਜਿਹੜਾ ਨੁਕਸਾਨ ਉਹ ਨਾ ਹੋਵੇ ਸੋ ਕੁਦਰਤ ਦੀ ਜਿਹੜੀ ਇਹ ਕਰੋਪੀ ਹੈ ਇਹਦਾ ਆਪਾਂ ਮਿਲ ਕੇ ਸਾਹਮਣਾ ਕਰੀਏ ਘਬਰਾਉਣ ਦੀ ਡਰਨ ਦੀ ਕੋਈ ਲੋੜ ਨਹੀਂ ਦੇਖੋ ਹੁਣ ਅਸੀਂ ਜੇ ਉੱਧਰੋਂ ਆਏ ਹਾਂ ਤਾਂ ਲੋਕ ਲੜ ਰਹੇ ਨੇ ਉਹ ਇਸ ਟਾਈਮ ਜਿਹੜਾ ਇਹ ਟਾਈਮ ਹੈ ਲੜਨ ਦਾ ਨਹੀਂ ਇਕੱਠੇ ਹੋ ਕੇ ਆ ਜਿਹੜਾ ਉਹ ਇਸ ਸਥਿਤੀ ਦਾ ਸਾਹਮਣਾ ਕਰਨ ਦਾ ਸਭ ਤੋਂ ਪਹਿਲਾਂ ਆਪਣਾ ਫਰਜ਼ ਇਹ ਹੈ ਕਿ ਆਪਾਂ ਪਿੰਡਾਂ ਨੂੰ ਜਿਹੜਾ ਉਹ ਸੇਫ ਰੱਖੀਏ ਸੋ ਤੁਸੀਂ ਇਸ ਟਾਈਮ ਮੇਰੇ ਨਾਲ ਉਹ ਜਿਹੜਾ ਲਾਈਵ ਤਸਵੀਰਾਂ ਦੇਖ ਰਹੇ ਹੋ ਵੀਰੇ ਵਾਲਾ ਅਤੇ ਰਿਉਂਦ ਦੀਆਂ ਜਿਹੜਾ ਪਾਣੀ ਹੈ ਵੀਰੇ ਵਾਲੇ ਦੇ ਖੇਤਾਂ ਵਿੱਚੋਂ ਕ੍ਰੋਸ ਕਰਦਾ ਰਿਉਂਦ ਵਾਲੀ ਸ਼ੈਡ ਇਸ ਟਾਈਮ ਜਾ ਚੁੱਕਿਆ ਅਤੇ ਵੀਰ ਜਿਹੜੇ ਨੇ ਉਹ ਜੇ ਸੀ ਬੀ ਦੇ ਨਾਲ ਪਾਣੀ ਹੈ ਜਿਹੜਾ ਉੱਧਰ ਨੂੰ ਕੱਢਣ ਦੀ ਕੋਸ਼ਿਸ਼ ਕਰ ਰਿਹਾ ਸੋ ਜਿਹੜਾ ਉੱਧਰ ਸੇਮ ਨਾਲਾ ਤਾਂ ਕਿ ਜਿਹੜਾ ਪਾਣੀ ਹੈ ਉਹ ਸੇਮ ਨਾਲੇ ਦੇ ਵਿੱਚ ਸੁੱਟਿਆ ਜਾ ਸਕੇ ਤੁਸੀਂ ਆ ਸਾਰੀਆਂ ਤਸਵੀਰਾਂ ਦੇਖ ਸਕਦੇ ਹੋ ਕਿ ਕਿੱਦਾਂ 4 ਸਪੇਰੇ ਆ ਜਿਹੜਾ ਉਹ ਪਾਣੀ ਪਾਣੀ ਹੋ ਚੁੱਕਿਆ ਸਾਰੀਆਂ ਫਸਲਾਂ ਜਿਹੜੀਆਂ ਉਹ ਤਬਾਹ ਕਰਦਾ ਜਿਹੜਾ ਪਾਣੀ ਹੈ ਮਾਲਵੇ ਨੂੰ ਮਾਲਵੇ ਦੀ ਛਾੜ ਹੋਰ ਵੱਧ ਰਿਹਾ ਸੋ ਅਵੇਅਰ ਹੋਣ ਦੀ ਲੋੜ ਹੈ ਨਾ ਕਿ ਘਬਰਾਉਣ ਦੀ ਤੁਸੀਂ ਮੇਰੇ ਨਾਲ ਬਣੇ ਰਹੇ ਹੋ ਤੁਸੀਂ ਦੇਖ ਰਹੇ ਹੋ ਲਖਮੀਰੀਆ ਆਫੀਸ਼ੀਅਲ ਯੂਟਿਊਬ ਚੈਨਲ ਇਹ ਜਿਹੜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਜਿਹੜੇ ਲੋਕਾਂ ਦੇ ਵਿੱਚ ਜਿਹੜਾ ਡਰ ਹੈ ਉਹਨੂੰ ਘੱਟ ਕੀਤਾ ਜਾ ਸਕੇ ਅਤੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਇਸ ਤਰ੍ਹਾਂ ਹੀ ਹੋਰ ਅਪਡੇਟ ਦੇ ਨਾਲ ਸਾਡੇ ਲਈ ਜੁੜੇ ਰਹੋ।